ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ, ਗੁਰੂ ਸਾਹਿਬਾਨ ਦਾ ਕੋਟਨ ਕਾ ਕੋਟ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਮੇਰੀਆਂ ਅਰਦਾਸਾਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਮੈਨੂੰ ਜੇਲ੍ਹ ਤੋਂ ਰਿਹਾਈਆਂ ਬਖਸ਼ੀਆਂ ਹਨ। ਨਾਲ ਹੀ ਮੈਂ ਪੂਰੇ ਸਿੱਖ ਜਗਤ ਦਾ, ਜਿਹੜੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀਆਂ ਕਰਦੇ ਹਨ ਉਹਨਾਂ ਦਾ ਵੀ ਸ਼ੁਕਰਾਨਾ ਕਰਦਾ ਹਾਂ। ਅਤੇ ਨਾਲ ਹੀ ਸਿੱਖ ਰਿਲੀਫ ਜਥੇਬੰਦੀ ਦਾ ਵੀ ਬਹੁਤ ਵੱਡਾ ਰੋਲ ਹੈ, ਪੂਰੇ ਸਿੱਖ ਜਗਤ ਲਈ ਹੀ ਨਹੀਂ ਮਨੁੱਖਤਾ ਲਈ ਵੀ। ਜਿੱਥੇ ਵੀ ਕੋਈ ਭਾਵੇਂ ਕੁਦਰਤੀ ਆਫਤ ਆਵੇ, ਭਾਵੇਂ ਉਹ ਨੇਪਾਲ ਵਿੱਚ ਹੋਵੇ, ਭਾਵੇਂ ਕਿਸੇ ਹੋਰ ਮੁਲਕ ਦੇ ਵਿੱਚ ਹੋਵੇ, ਭਾਵੇਂ ਕਸ਼ਮੀਰ ਦੇ ਵਿੱਚ ਹੋਵੇ, ਜਾਂ ਜੇਲ੍ਹਾਂ 'ਚ ਬੰਦ ਨੌਜਵਾਨ ਜਾਂ ਪੁਲਿਸ ਅੱਤਿਆਚਾਰ ਦਾ ਪੀੜਿਤ ਕੋਈ ਪਰਿਵਾਰ ਹੋਵੇ, ਉਹਨਾਂ ਦਾ ਪੁਨਰਵਾਸ ਕਰਨ ਲਈ ਜੋ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਉਹ ਇੱਕ ਸ਼ਲਾਘਾਯੋਗ ਕਦਮ ਹੈ। ਅਤੇ ਖਾਲਸਾਈ ਸਿਧਾਂਤਾਂ ਅਨੁਸਾਰ ਸਿੱਖ ਕੌਮ ਲਈ ਬਹੁਤ ਵੱਡਾ ਕਦਮ ਹੈ ਜਿਹੜਾ ਉਹਨਾਂ ਨੇ ਪੁੱਟਿਆ। ਨਾਲ ਹੀ ਮੈਂ ਉਹਨਾਂ ਵਕੀਲਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਾ ਸਿਰਫ ਮੇਰੀ ਰਿਹਾਈ ਲਈ ਹੀ ਸਿਰ ਤੋੜ ਯਤਨ ਕੀਤਾ, ਕਾਨੂੰਨੀ ਲੜਾਈ ਲੜਦਿਆਂ ਉਹਨਾਂ ਦੇ ਰੋਲ ਕਰਕੇ ਹੀ ਅੱਜ ਮੇਰੀ ਵੀ ਰਿਹਾਈ ਹੋਈ ਹੈ। ਹੋਰ ਵੀ ਬਹੁਤ ਸਾਰੇ ਸਿੰਘ ਜਿਨ੍ਹਾਂ ਦੇ ਉੱਤੇ ਪੁਲਿਸ ਨੇ ਝੂਠੇ ਕੇਸ ਪਾ ਕੇ ਜੇਲ੍ਹਾਂ 'ਚ ਬੰਦ ਕੀਤਾ ਸੀ, ਉਹਨਾਂ ਦੀ ਰਿਹਾਈ ਵੀ ਹੋਈ ਹੈ, ਜਿਹਦੇ ਵਿੱਚ ਹਾਈ ਕੋਰਟ ਦੇ ਉੱਕੇ ਵਕੀਲ ਆਰ ਐੱਸ ਬੈਂਸ, ਰੋਪੜ ਦੇ ਉੱਗੇ ਵਕੀਲ ਸਰਬਜੀਤ ਸਿੰਘ ਬੈਂਸ, ਐੱਸ ਐੱਸ ਸ਼ੈਣੀ, ਅਮਰ ਸਿੰਘ ਚਾਹਲ, ਵਰਿੰਦਰਪਾਲ ਸਿੰਘ ਭਾਟੀਆ ਅੰਮ੍ਰਿਤਸਰ। ਇਸ ਦੇ ਨਾਲ ਹੀ ਮੈਂ ਰੋਪੜ ਦੇ ਵਕੀਲ ਗੁਰਦਾਲ ਸਿੰਘ ਦਾ ਵੀ ਧੰਨਵਾਦੀ ਹਾਂ। ਨਾਲ ਹੀ ਤਰਨ ਤਾਰਨ ਦੇ ਵਕੀਲ ਜਗਦੀਪ ਸਿੰਘ ਰੰਧਾਵਾ ਅਤੇ ਬੀਬੀ ਕੁਲਵਿੰਦਰ ਕੌਰ, ਜਿਹੜੀ ਸਿੱਖ ਰਿਲੀਫ ਦੀ ਵਕੀਲ ਹੈ, ਜਿਹੜੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਜਾ ਕੇ ਜੇਲ੍ਹਾਂ ਦੇ ਸਿੱਖ ਬੰਦੀਆਂ ਦੀ ਲਿਸਟ ਤਿਆਰ ਕਰਕੇ ਅਤੇ ਅੱਗੇ ਉਹਨਾਂ ਦੀ ਪੈਰਵਾਈ ਕਰਨ ਲਈ ਵੱਖ ਵੱਖ ਵਕੀਲਾਂ ਤੱਕ ਰਿਪੋਰਟ ਪਹੁੰਚਾਉਂਦੀ ਆ ਅਤੇ ਉਹਨਾਂ ਦੀ ਆਰਥਿਕ ਮਦਦ ਲਈ ਵੀ ਯਤਨਸ਼ੀਲ। ਇਹ ਸਾਰੇ ਵਕੀਲ ਡੈਡੀਕੇਟਡ ਸਪਿਰਿਟ ਦੇ ਨਾਲ ਸਿੱਖਾਂ ਦਾ ਕੇਸ ਲੜਦੇ ਹਨ ਅਤੇ ਕਾਨੂੰਨ ਅਨੁਸਾਰ ਆਪਣੀ ਕਾਰਵਾਈ ਕਰਕੇ ਉਹਨਾਂ ਦੀਆਂ ਰਿਹਾਈਆਂ ਲਈ ਮਦਦਗਾਰ ਬਣੇ ਹਨ। ਨਾਲ ਹੀ ਮੈਂ ਹਾਈ ਕੋਰਟ ਦੇ ਵਕੀਲ ਸਰਦਾਰ ਨਵਕਿਰਨ ਸਿੰਘ ਦੇ ਰੋਲ ਨੂੰ ਵੀ ਦੁਨੀਆ ਦੇ ਸਾਹਮਣੇ ਸਪਸ਼ਟ ਕਰਕੇ ਦੱਸਣਾ ਚਾਹੁੰਦਾ ਹਾਂ ਕਿ ਜੇ ਉਹ ਵਕੀਲ ਸਾਹਿਬ ਪੂਰੀ ਦਿਲਚਸਪੀ ਦੇ ਨਾਲ ਡੇਰਾ ਸਰਸਾ ਦੇ ਕਰਮਾਂ ਨੂੰ ਨੰਗਿਆਂ ਕਰਨ ਵਾਸਤੇ ਆਪਣੀ ਭੂਮਿਕਾ ਨਾ ਨਿਭਾਉਂਦੇ ਤਾਂ ਅੱਜ ਡੇਰਾ ਸਰਸਾ ਦਾ ਮੁਖੀ ਅਖੌਤੀ ਦੇਹਧਾਰੀ ਦੰਭੀ ਗੁਰੂ ਰਾਮ ਰਹੀਮ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਾ ਹੁੰਦਾ। ਇਹਨਾਂ ਨੇ ਉਹਨਾਂ ਸਾਧਵੀਆਂ ਨੂੰ ਸਹਾਰਾ ਦਿੱਤਾ ਜਿਹੜੀਆਂ ਉਹਦੇ ਕੁਕਰਮ ਦਾ ਸ਼ਿਕਾਰ ਹੋਈਆਂ ਅਤੇ ਉਹਨਾਂ ਨੂੰ ਸਹਾਰਾ ਦੇ ਕੇ ਇੱਕ ਉਸ ਕੇਸ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ ਅਤੇ ਕੋਰਟ ਦੇ ਰਾਹੀਂ ਉਸ ਨੂੰ ਸਜ਼ਾ ਦਿਵਾਉਣ ਦੇ ਵਿੱਚ ਆਪਣੀ ਭੂਮਿਕਾ ਨਿਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।